ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅਸੀਂ ਇੱਥੇ ਫਤਿਹਗੜ੍ਹ ਸਾਹਿਬ ਖੜੇ ਹਾਂ। ਜਿਹੜੇ ਕਮਰੇ ਦੇ ਇੰਚਾਰਜ ਦੇਣ ਵਾਲੇ ਨੇ ਉਹ ਤਾਰਾ ਲਾ ਕੇ ਆਪਣਾ ਐਸ਼ ਪ੍ਰਸਤੀ ਕਰ ਗਏ ਹੋਏ ਨੇ। ਕੁਛ ਜ਼ਿੰਮੇਵਾਰ ਨਹੀਂ ਤੇ ਸੰਗਤਾਂ ਸਦੀ ਛੱਟ ਰਹੀਆਂ ਨੇ। ਇਹ ਹੈ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ। ਮੈਂ ਧਾਮੀ ਸਾਹਿਬ ਨੂੰ ਕਹਾਂਗਾ ਇਸ ਬੰਦੇ ਨੂੰ ਨੌਕਰੀ ਸਸਪੈਂਡ ਕੀਤਾ ਜਾਏ ਅਤੇ ਸੰਗਤਾਂ ਦੀ ਰਿਹਾਇਸ਼ ਲਈ ਪ੍ਰੋਪਰ ਪ੍ਰਬੰਧ ਕੀਤਾ ਜਾਏ। ਮੈਨੂੰ ਦੱਸਿਆ ਗਿਆ ਕਿ ਲੀਡਰਾਂ ਨੂੰ ਕਮਰੇ ਮਿਲ ਸਕਦੇ ਨੇ। ਸੰਗਤਾਂ ਨਹੀਂ, ਅਸੀਂ ਹੁਣ ਹੋਟਲ ਚੱਲੇ ਹਾਂ, ਕੁਛ ਕਿਰਾਇਆ ਖਰਚ ਸਕਦੇ ਹਾਂ। ਜੇ ਮੈਂ ਸੰਗਤਾਂ ਨੂੰ ਕਹਾਂਗਾ ਜਿਹੜੀ ਗੁਰੂ ਘਰ ਰਸੀਦ ਕਟਾਣੀ ਹੈ ਉਹ ਕਟਾਣੀ ਬਿਲਕੁਲ ਬੰਦ ਕਰ ਦਿਓ, ਜਾਂ ਪੈਸੇ ਆਪਣੇ ਤੇ ਲਾਓ ਤੇ ਜਿਹੜਾ ਪੈਸਾ ਹੋਰ ਮੱਥਾ ਟੇਕਣਾ ਉਹ ਗਰੀਬਾਂ ਨੂੰ ਖਵਾ ਦਿਓ। ਇਹਨਾਂ ਦੇ ਢਿੱਡ ਨਾ ਭਰੋ, ਕਿਉਂਕਿ ਪੈਸਾ ਮਿਸਯੂਜ ਹੁੰਦਾ, ਜਾਂ ਇਲੈਕਸ਼ਨ ਜਾਂਦਾ, ਜਾਂ ਯਾਸ਼ੀ ਚ, ਜਾਂ ਲੋਕਾਂ ਨੂੰ ਪੈਸੇ ਵੰਡ ਕੇ ਇਲੈਕਸ਼ਨ ਜਿੱਤ ਜਾਂਦੀ ਹੈ। ਤੇ ਇਹੋ ਜਿਹੇ ਲੋਕਾਂ ਨੂੰ ਮੂੰਹ ਨਾ ਲਾਓ ਅਤੇ ਬੀ ਪ੍ਰੈਕਟੀਕਲ ਇਹਨਾਂ ਨੂੰ ਕੁਛ ਕਹਿਣ ਦੀ ਬਜਾਏ ਪੈਸਾ ਜਾਂ ਆਪਣੇ ਆਪ ਤੇ ਲਾਓ ਤੇ ਜਾਂ ਆਪਣਾ ਲਾਓ ਗਰੀਬਾਂ ਦੇ ਉੱਤੇ। ਤੇ ਆਪਾਂ ਇਹਨਾਂ ਤੋਂ ਕੀ ਲੈਣਾ, ਕਿਉਂਕਿ ਮੱਝਾਂ ਨੇ, ਮੱਝਾਂ ਕੇ ਵੀਰ ਜਾਣ ਦਾ ਕੋਈ ਫਾਇਦਾ ਨਹੀਂ। ਸੋ ਮੈਂ ਆਮ ਦਾ ਪ੍ਰੈਕਟੀਕਲ ਮੈਨ ਕਿ ਜਿਹੜਾ ਪੈਸੇ ਇੱਥੇ ਮੱਥਾ ਟੇਕਣਾ ਸੀ 2100 ਜਾਂ 1100 ਕਰਨੀ ਉਹ ਹੋਟਲ ਲਾ ਲਓ ਤੁਸੀਂ। ਹੋਟਲ 'ਚ ਆਪਣਾ ਬਟਨ ਦਵਾਓ, ਹਰ ਚੀਜ਼ ਕਮਰੇ 'ਚ ਆਉਂਦੀ ਹੈ। ਤੇ ਜਿਹੜਾ ਪੈਸਾ ਤੁਸੀਂ ਮੱਥੇ ਟੇਕਣੇ ਹੋਰ ਉਹ ਗਰੀਬਾਂ ਨੂੰ ਖਵਾ ਦਿਓ। ਕਿਸੇ ਨੂੰ ਕੱਪੜਾ ਲੈ ਦਿਓ, ਦਵਾਈ ਲੈ ਦਿਓ, ਵੀ ਪ੍ਰੈਕਟੀਕਲ। ਜੇ ਗੋਲਕਾਂ ਖਾਲੀ ਹੋਣਗੀਆਂ ਤੇ ਆਪੇ ਘਰ ਬਹਿਣਗੇ, ਇਹ ਗੋਲਕਾਂ ਸਿਰ ਤੇ ਬੱਚੇ ਫਿਰਦੇ। ਹਾਂਜੀ, ਆਲ ਦਾ ਬੈਸਟ। ਮਾਈ ਸੈਲਫ ਸੁਰਜੀਤ ਸਿੰਘ, ਰਿਟਾਇਰਡ ਐਜੂਕੇਸ਼ਨ ਫਰੋਮ ਬੈਂਕ ਆਫ ਇੰਡੀਆ, ਲੁਧਿਆਣਾ।